ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੋਂ ਹਾਜ਼ਰਾਂ ਲੈ ਕੇ ਇੱਕ ਖਾਸ ਵੀਡੀਓ। ਵੀਡੀਓ ਇੱਕ ਅਜੀਬੋ ਗਰੀਬ ਪਿੰਡ ਦੀ ਜੋ ਪਾਣੀ ਵਿੱਚ ਤੈਰਦਾ ਹੈ, ਜਿੱਥੇ ਦੇ ਲੋਕਾਂ ਨੇ ਕਦੇ ਜ਼ਮੀਨ ਨਹੀਂ ਦੇਖੀ। ਦੁਨੀਆ ਭਰ ਵਿੱਚ ਸਾਰੇ ਹੀ ਲੋਕ ਆਪਣੇ ਘਰਾਂ ਨੂੰ ਸਾਫ਼ ਸੁਥਰਾ ਅਤੇ ਸੁਰੱਖਿਅਤ ਰੱਖਣਾ ਚਾਹੁੰਦੇ ਹਨ। ਉਹ ਕਦੇ ਨਹੀਂ ਚਾਹੁੰਦੇ ਕਿ ਉਹਨਾਂ ਦਾ ਘਰ ਕਿਸੇ ਵੀ ਕੁਦਰਤੀ ਆਫ਼ਤਾਵਾਂ ਨੂੰ ਝੇਲੇ। ਇਸ ਸਭ ਤੋਂ ਬਚਣ ਲਈ ਉਹ ਕਈ ਪ੍ਰਕਾਰ ਦੇ ਉਪਾਅ ਵੀ ਕਰਵਾਉਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਵਿੱਚ ਇੱਕ ਅਜਿਹਾ ਪਿੰਡ ਹੈ ਜੋ ਸਮੁੰਦਰ ਵਿੱਚ ਤੈਰਦਾ ਹੈ? ਚੀਨ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਵਿੱਚੋਂ ਇੱਕ ਹੈ। ਚੀਨ ਵਿੱਚ ਇੱਕ ਅਜਿਹਾ ਮਜ਼ੇਦਾਰ ਪਿੰਡ ਹੈ ਜੋ ਪਾਣੀ ਵਿੱਚ ਤੈਰਦਾ ਹੈ। ਜੀ ਹਾਂ, ਇਹ ਗੱਲ ਸੱਚ ਹੈ। ਚੀਨ ਦੇ ਨਿਗਾਡਾ ਸਿਟੀ ਵਿੱਚ ਵਸਿਆ ਇੱਕ ਅਜਿਹਾ ਪਿੰਡ ਹੈ ਜੋ ਸਮੁੰਦਰ ਵਿੱਚ ਤੈਰਦਾ ਹੈ। ਇਹ ਦੁਨੀਆ ਦਾ ਇੱਕ ਲੌਤਾ ਅਜਿਹਾ ਪਿੰਡ ਹੈ ਜੋ ਪੂਰੀ ਤਰ੍ਹਾਂ ਨਾਲ ਡੂੰਘੇ ਸਮੁੰਦਰ ਵਿੱਚ ਵਸਿਆ ਹੋਇਆ ਹੈ।